ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਦੇ ਬਾਰੇ ਚੱਲਦੀਆਂ ਗੱਲਾਂ ਤੇ ਚਰਚਾਵਾਂ ਬਾਰੇ ਵੱਡਾ ਬਿਆਨ ਦਿੱਤਾ। ਸਭ ਤੋਂ ਪਹਿਲਾਂ ਇਹ ਦੱਸਦੀ ਹੈ ਕਿ ਸੁਖਬੀਰ ਬਾਦਲ ਨੇ ਸਿੱਧਾ ਜਨਤਾ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀ ਦਲ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇੱਕ ਰੈਲੀ ਦੇ ਦੌਰਾਨ ਕਿਹਾ ਸੀ ਜੋ ਉਹ ਇਹ ਸੀ ਕਿ ਖੜ੍ਹ ਜੋ ਪੰਜਾਬ 'ਚ ਬਣਾਉਣੇ ਆ ਤੁਹਾਨੂੰ ਵੱਡਾ ਭਾਈ ਕਿਉਂਕਿ ਛੋਟਾ ਭਾਈ ਵੱਡਾ ਭਾਈ ਦੀ ਗੱਲ ਚੱਲ ਰਹੀ ਸੀ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਅਹੁਦਾ ਸੰਭਾਲਦੇ ਨੇ ਉਹ ਭਾਜਪਾ ਦੇ ਮੁਖ ਦਫ਼ਤਰ ਤੋਂ ਸੁਨੀਲ ਜਾਖੜ ਨੇ ਵੀ ਬਿਆਨ ਦਿੱਤਾ ਸੀ ਕਿ ਸਾਨੂੰ ਹੁਣ ਛੋਟੇ ਭਾਈ ਵਾਲੀ ਸੋਚ ਨੂੰ ਛੱਡਣਾ ਪੈਣਾ ਹੈ ਅਸੀਂ ਆਪਣੇ ਦਮ ਦੇ ਉੱਤੇ ਸਾਰੀਆਂ ਸੀਟਾਂ ਲੜਾਂਗੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਤੇ ਹੁਣ ਸੁਖਬੀਰ ਬਾਦਲ ਨੂੰ ਵੀ ਜਦੋਂ ਮੌਕਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬਿਆਨ ਦੇ ਦਿੱਤਾ ਕਿ ਖੜ੍ਹ ਜੋ ਤੁਹਾਨੂੰ ਬਣਾਉਣੇ ਆ ਵੱਡਾ ਭਾਈ ਇਹ ਗੱਲ ਕਹਿ ਦਿੱਤੀ ਔਰ ਇਸ ਦੇ ਨਾਲ ਹੀ ਜਿਹੜੇ ਸਮਰਥਕਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਤਾਂ ਹੁਣ ਅਕਾਲੀ ਦਲ ਤੇ ਭਾਜਪਾ ਗੱਠਜੋੜ ਸੰਭਵ ਨਹੀਂ ਹੈ ਹਾਲ ਦੀ ਘੜੀ ਇਹ ਬਿਆਨ ਦੋਨਾਂ ਪਾਸਿਓਂ ਆ ਚੁੱਕੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨਾ ਤਾਂ ਐਨਡੀਏ ਦਾ ਹਿੱਸਾ ਤੇ ਨਾ ਹੀ ਜਿਹੜਾ ਨਵਾਂ ਬਣਿਆ ਗੱਠਜੋੜ ਇੰਡੀਆ ਹੈ ਜਿਸ ਦੇ ਵਿੱਚ ਆਪ ਤੇ ਕਾਂਗਰਸ ਵੀ ਇਕੱਠੀ ਹੋ ਗਈ ਐਸ ਬਾਰੇ ਵੀ ਸੁਖਪੀਰ ਸਿੰਘ ਬਾਦਲ ਬੋਲੇ ਨੇ ਉਹਨਾਂ ਨੇ ਕਿਹਾ ਚਾਹੇ ਭਾਜਪਾ ਨਾਲ ਮਿਲ ਜਾਵੇ ਪਰ ਜਿਤਾਉਣਗੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦਾਵਾ ਕਰ ਦਿੱਤਾ ਹੈ ਸਾਰੇ ਬਿਆਨ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਹੋਰ ਗੱਠ ਜੋੜ ਦੇ ਬਾਰੇ ਆਮ ਆਦਮੀ ਪਾਰਟੀ ਬਾਰੇ ਕਾਂਗਰਸ ਬਾਰੇ ਕਾਮਰੇਡਾਂ ਬਾਰੇ ਸਾਰਿਆਂ ਬਾਰੇ ਬਿਆਨ ਕੀ ਕੀਤਾ ਹੈ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਖੀਰ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਕਿ ਸੁਖਬੀਰ ਬਾਦਲ ਦੇ ਇਨ੍ਹਾਂ ਦਾਅਵਿਆਂ ਦੇ ਵਿੱਚ ਦਮ ਕਿੰਨਾ ਹੈ ਔਰ ਜਿਹੜੀਆਂ ਗੱਲਾਂ ਉਹਨਾਂ ਕਹੀਆਂ ਨੇ ਕਿਹਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋ ਤੇ ਕਿਹਦੇ ਨਾਲ ਆਸਹਿਮਤੀ ਰੱਖਦੇ ਹੋ ਦਰਅਸਲ ਭਾਜਪਾ ਤੇ ਕਾਲੀ ਦਲ ਦੇ ਗੱਠ ਜੋੜ ਨੂੰ ਲੈ ਕੇ ਕਈ ਵਾਰ ਗੱਲਾਂ ਚੱਲੀਆਂ ਨੇ ਭਾਜਪਾ ਵੀ ਕਈ ਵਾਰੀ ਨਾ ਨੁੱਕਰ ਕਰ ਚੁੱਕੀ ਐ ਪਰ ਫਿਰ ਵੀ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੁੰਦਾ ਹੈ ਬਿਆਨ ਕਿਸੇ ਵੀ ਤਰ੍ਹਾਂ ਦੇ ਆ ਰਹੇ ਹੋਣ ਲੋੜ ਪੈਣ ਦੇ ਉੱਤੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਹੀ ਜਾਂਦੇ ਨੇ ਜਿਵੇਂ ਪੰਜਾਬ ਵਿੱਚ ਇੱਕ ਵੱਡੀ ਧਾਰਨਾ ਹੈ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਹੈ ਸੱਤਾ ਵਿੱਚ ਆਮ ਆਦਮੀ ਪਾਰਟੀ ਹੈ ਪਰ ਲੋਕ ਸਭਾ ਦੀਆਂ ਜਨਰਲ ਇਲੈਕਸ਼ਨ ਦੇ ਲਈ 2024 ਦੀਆਂ ਲਈ ਕੌਮੀ ਪੱਧਰ ਤੇ ਇਕੱਠੇ ਨਜ਼ਰ ਆ ਰਹੇ ਨੇ ਬੇਸ਼ੱਕ ਪੰਜਾਬ 'ਚ ਗੱਲ ਬਣੀ ਜਾਂ ਨਾ ਬਣੀ ਇਸ ਤਰ੍ਹਾਂ ਕੁਝ ਵੀ ਸੰਭਵ ਹੋ ਸਕਦਾ ਹੈ ਤੇ ਜਿੰਨਾ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀ ਉਸ ਦੇ ਬਾਰੇ ਲੋਕਾਂ ਨੂੰ ਭਾਜਪਾ ਦੇ ਉੱਤੋਂ ਭਰੋਸਾ ਉੱਠ ਚੁੱਕਾ ਹੈ ਇਹ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਹੈ ਤੇ ਹੁਣ ਦੋਵਾਂ ਪਾਰਟੀਆਂ ਦਾ ਇੱਕੋ ਸਾਥ ਆਉਣਾ ਸੰਭਵ ਨਹੀਂ ਹੈ ਇੱਕੋ ਨਾਲ ਆਉਣਾ ਇਕੱਠੇ ਖੜਨਾ ਸੰਭਵ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਪਾਰਟੀ ਦੇ ਨਾਲ ਗੱਠ ਬੰਧਨ ਨੂੰ ਲੈ ਕੇ ਗੱਠ ਜੋੜ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਦੇ ਉੱਤੇ ਸਾਰਿਆਂ ਦੇ ਉੱਤੇ ਜਿਹੜਾ ਫੁੱਲ ਸਟਾਪ ਲਗਾ ਦਿੱਤਾ ਹੈ ਅਕਾਲੀ ਦਲ ਪ੍ਰਧਾਨ ਨੇ ਦੋਹਾਂ ਪਾਰਟੀਆਂ ਦੇ ਵਿੱਚ ਕੋਈ ਗੱਠਜੋੜ ਨਹੀਂ ਹੋਵੇਗਾ ਇਸ ਗੱਲ ਦੀ ਖੁਦ ਪੁਸ਼ਟੀ ਕਰ ਦਿੱਤੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਭਾਜਪਾ ਦੇ ਤੰਜ ਕਸਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿ ਬਣਾਉਣੀ ਆ ਤੁਹਾਨੂੰ ਪੰਜਾਬ ਦਾ ਵੱਡਾ ਭਾਈ ਲੋਕਾਂ ਨੂੰ ਹੁਣ ਇਸ ਪਾਰਟੀ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਰਿਹਾ ਵਿਸ਼ਵਾਸ ਉੱਠ ਚੁੱਕਾ ਹੈ ਸਾਰੇ ਉਹਨਾਂ ਦੀ ਹਕੀਕਤ ਦਾ ਜਾਣ ਚੁੱਕੇ ਨੇ ਹਾਲਾਂਕਿ ਜਦੋਂ ਖੇਤੀ ਕਾਨੂੰਨ ਆਏ ਸੀ ਉਦੋਂ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਲੀਡਰ ਨੇ ਖਾਸ ਕਰਕੇ ਬਾਦਲ ਪਰਿਵਾਰ ਦੇ ਲੀਡਰ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਮੈਂਬਰ ਨੇ ਜਿੰਨਾਂ ਕੋਲ ਮਨਿਸਟਰੀ ਸੀ ਅਸਤੀਫਾ ਵੀ ਦਿੱਤਾ ਬਾਅਦ ਵਿੱਚ ਪਰ ਕਿਸਾਨਾਂ ਦੇ ਵਿਰੋਧ ਤੋਂ ਪਹਿਲਾਂ ਉਹ ਵੀ ਖੇਤੀ ਕਾਨੂੰਨਾਂ ਦਾ ਪੱਖ ਪੂਰੇ ਸਨ ਇਥੋਂ ਤੱਕ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਰ ਬਾਅਦ ਵਿੱਚ ਜਦੋਂ ਲੋਕਾਂ ਦਾ ਰੋਸ ਵੱਧ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਸਟੈਂਡ ਬਦਲ ਲਿਆ ਤੇ ਗੱਠ ਜੋੜ ਨਾਤਾ ਤੋੜ ਦਿੱਤਾ ਬਾਅਦ ਵਿੱਚ ਬਸਪਾ ਦੇ ਨਾਲ ਗੱਠ ਜੋੜ ਹੋ ਗਿਆ ਪੰਜਾਬ ਦੇ ਅੰਦਰ ਪਰ ਉਹਨਾਂ ਨੇ ਆਖਿਆ ਕਿ ਹੁਣ ਭਾਜਪਾ ਦੇ ਨਾਲ ਗੱਠ ਜੋੜ ਦੀਆਂ ਗੱਲਾਂ ਬਹੁਤ ਦੂਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਕੋਈ ਗੱਠਜੋੜ ਨਹੀਂ ਹੋਣ ਵਾਲਾ ਇੰਡੀਆ ਗੱਠਜੋੜਨ ਦੇ ਵਿੱਚ ਵੀ ਗੱਠ ਜੋੜ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਮਿਲ ਹੀ ਗਏ ਨੇ ਲੋਕ ਸਭਾ ਚੋਣਾਂ ਲੜਨ ਦੇ ਲਈ ਜੇ ਉਹ ਚੋਣ ਤਾਂ ਭਾਜਪਾ ਨੂੰ ਵੀ ਆਪਣੇ ਨਾਲ ਜੋੜ ਲੈਣ ਪਰ ਜਿੱਤੇਗਾ ਤਾਂ ਪੰਜਾਬ 'ਚ ਅਕਾਲੀ ਦਲ ਹੀ ਪੰਜਾਬ 'ਚ ਤਾਂ ਅਕਾਲੀ ਦਲ ਦੀ ਜਿੱਤ ਹੋਣੀ ਹੈ ਇਹ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਗੱਲ ਦਾ ਇਲਜ਼ਾਮ ਸਾਡੇ ਤੇ ਮੜ ਦਿੱਤਾ ਜਾਂਦਾ ਹੈ ਬਾਦਲ ਪਰਿਵਾਰ ਦੇ ਪਿੱਛੇ ਪੈ ਜਾਂਦੇ ਨੇ ਕਈ ਲੋਕ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਖੱਬੀਆਂ ਤੇ ਰਹਣ ਆਮ ਆਦਮੀ ਪਾਰਟੀ ਹੋਵੇ ਉਹਨਾਂ ਨੇ ਕਿਹਾ ਕਿਸੇ ਦੇ ਪੇਟ ਵਿੱਚ ਦਰਦ ਹੁੰਦਾ ਤਾਂ ਉਸ ਦਾ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਾਦਲਾਂ ਤੇ ਲਾ ਦਿੱਤਾ ਜਾਂਦਾ ਮੜ ਦਿੱਤਾ ਜਾਂਦਾ ਕਾਂਗਰਸ ਨੂੰ ਲੈ ਕੇ ਤੇ ਹੋਰ ਪਾਰਟੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਰੇ ਹੁਣ ਭਾਵੇਂ ਇਕੱਠੇ ਹੋ ਜਾਣ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਤੇ ਭਾਜਪਾ ਦੇ तमाम ਜਿੰਨੇ ਵੀ ਨੇਤਾ ਨੇ ਰੋਜ਼ ਹੀ ਮੇਰੇ ਖਿਲਾਫ ਬਿਆਨ ਦੇ ਦਿੰਦੇ ਨੇ ਸੁਖਵੀਰ ਬਾਦਲ ਨੇ ਕਿਹਾ ਕਿ ਮੈਂ ਇਹੀ ਕਹਿਣਾ ਚਾਹਣਾ ਇਹਨਾਂ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ 2017 ਦੇ ਵਿੱਚ ਚਲੀ ਗਈ ਸੀ ਤੇ ਉਸ ਤੋਂ ਬਾਅਦ ਮੈਨੂੰ ਘਰ ਬੈਠੇ ਨੂੰ 7 ਸਾਲ ਹੋ ਚੁੱਕੇ ਨੇ ਫਿਰ ਵੀ ਸਾਰੇ ਮੇਰੇ ਪਿੱਛੇ ਆਪਾ ਰਹਿੰਦੇ ਆ ਸਾਰੇ ਹੀ ਮੇਰੇ ਕੋਈ ਨਾ ਕੋਈ ਬਿਆਨ ਦਾਗ ਦਿੰਦੇ ਨੇ ਐਸਾ ਕਿਉਂ ਹੋ ਰਿਹਾ ਹੈ ਇਸ ਲਈ ਕਿਉਂਕਿ ਇਹ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਕਿਸਾਨ ਮਜ਼ਦੂਰ ਸਾਰਿਆਂ ਦਾ ਭਰੋਸਾ ਜਿਹੜਾ ਅਕਾਲੀ ਦਲ ਬਣ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਦਾਵਾ ਹੈ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਮਿਲ ਕੇ ਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪੰਥ ਪੰਜਾਬ ਵਿਰੋਧੀ ਯੋਜਨਾਵਾਂ ਸਫਲ ਨਹੀਂ ਹੋਣ ਦੇਵਾਂਗੇ ਅਸੀਂ ਹਰ ਪੱਧਰ ਤੇ ਲੜਾਈ ਲੜਾਂਗੇ ਔਰ ਕਈ ਸੰਭਾਵਾਂ ਨੂੰ ਉਹ ਸੰਬੋਧਨ ਵੀ ਕਰ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਦਾ ਦਾਵਾ ਕੀਤਾ ਕਿ ਜਦੋਂ ਤੱਕ ਕੱਲੀ-ਕੱਲੀ ਮਰੀ ਮੁਰਗੀ ਕੱਲੀ-ਕੱਲੀ ਮਰੀ ਬੱਕਰੀ ਦਾ ਮੁਆਵਜ਼ਾ ਨਾ ਲੈ ਕੇ ਦਿੱਤਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਡੱਟੇ ਰਹਿਾਂਗੇ ਮੁਆਵਜ਼ਾ ਕੱਲਾ-ਕੱਲਾ ਦਵਾਵਾਂਗੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਔਰ ਮਜ਼ਾਕੀਅਲੇਜ ਦੇ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਨੇ ਇੱਕ ਸਭਾ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਤੁਸੀਂ ਮੁਰਗੀ ਖਾ ਲਈ ਹੈ ਪਰ ਉਸ ਦੇ ਖੰਭ ਜੇ ਬਚੇ ਨੇ ਉਹ ਵੀ ਬਚਾ ਕੇ ਰੱਖਿਓ ਸੀ ਖੰਭਾਂ ਦੇ ਆਧਾਰ ਦੇ ਉੱਤੇ ਵੀ ਤੁਹਾਨੂੰ ਮੁਆਵਜ਼ਾ ਲੈ ਕੇ ਦੇਾਂਗੇ ਜਦੋਂ ਤੱਕ ਆਖਰੀ ਰਕਮ ਨਹੀਂ ਮੁਆਵਜ਼ੇ ਦੀ ਆਉਂਦੀ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਸਿੱਖ ਪੰਥ ਤੇ ਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੇਤਾ ਨੇ ਆਗੂ ਨਹੀਂ ਉਹ ਜਾਣਦੇ ਨੇ ਕਿ ਐਸਾ ਕਰਨ ਦੇ ਨਾਲ ਪੰਜਾਬ ਦੇ ਵਿੱਚ ਰਾਜ ਤਾਂ ਅਸੀਂ ਕਰ ਸਕਦੇ ਹਾਂ ਜੇਕਰ ਕਾਲੀ ਦਲ ਕਮਜ਼ੋਰ ਹੋਵੇਗਾ ਪਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਕਿਸੇ ਵੀ ਪਾਰਟੀ ਦੇ ਝਾਂਸੇ ਦੇ ਵਿੱਚ ਜਾਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਨਹੀਂ ਆਉਣਗੇ ਉਹ ਜਾਣਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਵਿਰੋਧੀ ਯੋਜਨਾਵਾਂ ਨੇ ਪੰਥ ਤੇ ਪੰਜਾਬ ਵਿਰੋਧੀ ਉਹਨਾਂ ਨੂੰ ਸਫਲ ਨਹੀਂ ਹੋਣ ਦੇਣਗੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਇਹਨਾਂ ਸਾਰੀਆਂ ਗੱਲਾਂ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਆਖਿਆ ਕਿ ਹੁਣ ਭਾਜਪਾ ਦੇ ਨਾਲ ਇਕੱਠਿਆਂ ਆਉਣਾ ਸੰਭਵ ਨਹੀਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਸਾਰੇ ਬਿਆਨਾਂ ਤੋਂ ਤੁਸੀਂ ਕੀ ਸਮਝਦੇ ਹੋ ਆਪਣੀ رائے ਜ਼ਰੂਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰਿਓ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ